ਜੇਮਿਨੀ ਚੋਣਾਂ ਲਈ ਆਪ ਵੱਲੋਂ 4 ਉਮੀਦਵਾਰਾਂ ਦਾ ਐਲਾਨ ਹੁਸ਼ਿਆਰਪੁਰ ਵਿੱਚ ਬਸਪਾ ਆਗੂ ਤੇ ਉਸਦੇ ਪਿਤਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਜੰਮੂ ਕਸ਼ਮੀਰ ਦੇ ਗੰਦਰਵਲ ਚ ਅਤਵਾਦੀ ਹਮਲਾ ਡਾਕਟਰ ਸਮੇਤ 7 ਦੀ ਮੌਤ ਬ੍ਰਿਟਿਸ਼ ਕੋਲੰਬੀਆ ਚ 14 ਪੰਜਾਬੀ ਬਣੇ ਵਿਧਾਇਕ 10 ਸਾਲ ਪਹਿਲਾਂ اربਾਂ ਦੇ ਕੁਟਾਲੇ ਸੁਰਖੀਆਂ ਵਿੱਚ ਹੁੰਦੇ ਸਨ ਪ੍ਰਧਾਨ ਮੰਤਰੀ ਮੋਦੀ ਦੇਸ਼ਦਵਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ 13 ਨਵੰਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਐਤਵਾਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਹ ਚਾਰੇ ਸੀਟਾਂ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਕਾਰਨ ਖਾਲੀ ਹੋਈਆਂ ਸਨ। ਪਾਰਟੀ ਨੇ ਗਿੱਦੜਵਾਹਾ ਹਲਕੇ ਤੋਂ ਸੁਖਵੀਰ ਸਿੰਘ ਬਾਦਲ ਦੇ ਕਰੀਬੀ ਰਹੇ ਹਰਦੀਪ ਸਿੰਘ ਟੈਂਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਬਰਨਾਲਾ ਤੋਂ ਪੁਰਾਣੇ ਵਰਕਰ ਹਰਿੰਦਰ ਸਿੰਘ ਧਾਲੀਵਾਲ ਤੇ ਭਰੋਸਾ ਜਤਾਇਆ ਹੈ। ਬਰਨਾਲਾ ਦੀ ਸੀਟ ਆਪ ਸਰਕਾਰ ਦੇ ਸਾਬਕਾ ਮੰਤਰੀ ਗਰਮੀਤ ਸਿੰਘ ਮੀਤ ਹੇਰ ਦੇ ਸੰਗਰੂਰ ਤੋਂ ਸੰਸਦ ਮੈਂਬਰ ਬਣ ਤੋਂ ਬਾਅਦ ਖਾਲੀ ਹੋਈ ਹੈ। ਚੱਬੇਵਾਲ ਵਿਧਾਨ ਸਭਾ ਤੋਂ ਆਪ ਦੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਈਸ਼ਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਇਹ ਸੀਟ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣ ਤੋਂ ਬਾਅਦ ਖਾਲੀ ਹੋਈ ਸੀ। ਈਸ਼ਾਨ ਚੱਬੇਵਾਲ ਪੇਸ਼ੇ ਤੋਂ ਡਾਕਟਰ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਪਾਰਟੀ ਨੇ ਗੁਰਦੀਪ ਸਿੰਘ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਹੈ। ਐਤਵਾਰ ਦੇਰ ਸ਼ਾਮ 8 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਜੱਬੇਵਾਲ ਦੇ ਬਾਹਰ ਮੋਟਰਸਾਈਕਲ ਸਵਾਰ ਬੇਪਛਾਣ ਹਮਲਾਵਰਾਂ ਨੇ ਬਸਪਾ ਨੇਤਾ ਤੇ ਉਸਦੇ ਪਿਤਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਖੂਨੀ ਖੇੜ ਵਿੱਚ ਦੋ ਮਸੂਮਾਂ ਨੂੰ ਵੀ ਗੋਲੀਆਂ ਲੱਗੀਆਂ ਹਨ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਮੁਤਾਬਕ ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਵਸਪਾ ਨੇ ਤਾਂ ਅਮਰਜੀਤ ਸਿੰਘ ਦੇ ਚਚੇਰੇ ਭਰਾ ਦੇ ਘਰ ਬੱਚੇ ਨੇ ਜਨਮ ਲਿਆ ਸੀ ਉਹ ਬੱਚੇ ਨੂੰ ਦੇਖਣ ਹਸਪਤਾਲ ਗਏ ਸਨ ਐਤਵਾਰ ਦੇਰ ਸ਼ਾਮ ਅਮਰਜੀਤ ਸਿੰਘ ਆਪਣੇ ਪਿਤਾ ਤੇ ਆਪਣੇ ਦੋ ਬੱਚਿਆਂ ਨਾਲ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਹਸਪਤਾਲ ਵਿੱਚ ਗਿਆ ਸੀ ਤਾਂ ਜਦੋਂ ਉਹ ਸਾਰੇ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਪਹਿਲਾਂ ਤੋਂ ਕਾਤਲਾਈ ਬੈਠੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗੋਲੀਆਂ ਲੱਗਣ ਨਾਲ ਕਾਰ ਚਲਾ ਰਹਿ ਅਮਰਜੀਤ ਸਿੰਘ ਦੇ ਨਾਲ ਦੀ ਸੀਟ ਤੇ ਬੈਠੇ ਹੋ ਤੇ ਪਤਾ ਕਸ਼ਮੀਰੀ ਲਾਲ ਦੀ ਵੀ ਮੌਕੇ ਤੇ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ। ਹਮਲਾਵਰਾਂ ਨੂੰ ਫੌੜਨ ਲਈ ਪੁਲਿਸ ਨੇ ਸ਼ਾਪੇ ਮਾਰੀ ਸ਼ੁਰੂ ਕੀਤੀ ਹੈ। ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਰੰਜਿਸ਼ ਤਹਿਤ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਹੜਾ ਬੜਾ ਅਨਫੋਰਚੂਨੇਟ ਇਨਸੀਡੈਂਟ ਸਾਹਮਣੇ ਆਇਆ ਜਿਹਦੇ ਵਿੱਚ ਕੱਲ ਰਿਪੋਰਟ ਕੀਤਾ ਗਿਆ ਸੀ ਕਿ ਮੋਟਰਸਾਈਕਲ ਤੇ ਕੁਝ ਬੰਦੇ ਆਏ ਜਿਨ੍ਹਾਂ ਨੇ ਇੱਕ ਗੱਡੀ ਤੇ ਫਾਇਰ ਕੀਤਾ ਤੇ ਜਿਹਦੇ ਵਿੱਚ ਇੱਕ ਫਾਦਰ ਤੇ ਇੱਕ son ਦੀ ਡੈਥ ਹੋਈ ਤੇ ਇੱਕ ਛੋਟੇ ਬੱਚੇ ਦੇ ਇੰਜਰੀਜ਼ ਹੋਈ ਹੈਗੀ ਤੇ ਇਸ ਨੂੰ ਫਰਦਰ ਇਮੀਡੀਏਟਲੀ ਪੁਲਿਸ ਨੇ ਇਨਵੈਸਟੀਗੇਟ ਕਰਨਾ ਸਟਾਰਟ ਕੀਤਾ ਤੇ ਜਿਹੜੀ ਚੀਜ਼ ਫ੍ਰੈਮ ਵਰਸਾਈ ਸਾਮਣੇ ਆਈ ਹੈਗੀ ਉਹ ਹੈਗੀ ਕਿ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੇ ਨਾਲ ਜਿਹੜੇ ਵਿਕਟਿਮ ਹੈਗੇ ਉਹਨਾਂ ਦੇ ਬ੍ਰਦਰ ਦੀ ਜਿਹੜੇ ਅ ਵਿਕਟਿਮ ਇੱਕ ਮੁੰਡਾ ਹੈਗਾ ਤੇ ਇੱਕ ਦਾ ਫਾਦਰ ਹੈਗਾ ਤੇ ਉਹ ਮੁੰਡੇ ਦੇ ਬ੍ਰਦਰ ਦੇ ਨਾਲ ਉਹਨਾਂ ਦੀ ਪਹਿਲਾਂ ਤੋਂ ਲਾਕਡਾਊਨ ਕਾਫ ਟਾਈਮ ਤੋਂ ਚੱਲਦੀ ਸੀਗੀ ਇੱਕ ਦੂਸਰੇ ਤੇ ਐਫ ਆਈ ਆਰਸ ਦਰਜ ਹੋਏ ਹੋਏ ਸੀਗੇ ਤੇ ਇਹਨਾਂ ਨੇ ਉਹ ਬ੍ਰਦਰ ਦੇ ਨਾਲ ਰੰਝਿਸ ਰੱਖਦੇ ਹੋਏ ਕੱਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੈਗਾ ਇਸ ਚੀਜ਼ ਦਾ ਕਿ ਉਹ ਉਧਰ ਹਸਪੀਟਲ ਵਿਖੇ ਅ ਬੱਚਾ ਹੋਣ ਦੇ ਵਾਸਤੇ ਬੱਚਾ ਹੋਇਆ ਹੈਗਾ ਤੇ ਉਧਰ ਗਏ ਹੈਗੇ ਤੇ ਉਸੇ ਰੈਫਰੈਂਸ ਤੇ ਮੈਨੂੰ ਲੱਗਦਾ ਇਹਨਾਂ ਨੇ ਆ ਕੇ ਉੱਥੇ ਇਸ ਤੋਂ ਬਦਲਾ ਲੈਣ ਦੀ ਨੀਅਤ ਨਾਲ ਜਾਂ ਜੋ ਵੀ ਚੀਜ਼ ਸਾਹਮਣੇ ਆਏਗੀ ਆਗੇ ਇਨਵੈਸਟੀਗੇਸ਼ਨ 'ਚ ਉਹ ਉਸ 'ਚ ਇਹਨਾਂ ਨੇ ਹਮਲਾ ਕੀਤਾ ਤੇ ਲੇਕਿਨ ਜਿਹੜੇ ਦੇ ਨਾਲ ਬੰਦੇ ਦੇ ਨਾਲ ਰੰਜਿਸ਼ ਹੈਗੀ ਉਹਦੇ ਕੋਈ ਇੰਜਰੀਜ਼ ਨਹੀਂ ਹੈਗੀ ਤੇ ਉਹਦੀ ਗੱਡੀ 'ਚ ਜਿਹੜਾ ਫਰੰਟ 'ਚ ਉਹਦਾ ਬ੍ਰਦਰ ਤੇ ਉਹਦੇ ਫਾਦਰ ਬੈਠੇ ਸੀਗੇ ਉਹਨਾਂ ਦੇ ਬੁਲੇਟ ਇੰਜਰੀ ਸਸਟੇਨ ਹੋਈ ਤੇ ਉਸ ਦੇ ਕਰਕੇ ਅ ਫਰਦਰ ਜਿਹੜਾ ਉਹਨਾਂ ਨੂੰ ਹਸਪੀਟਲ ਲੈ ਜਾਣ ਵੇਲੇ ਉਹਨਾਂ ਦੀ ਡੈਥ ਹੋਈ ਹੈਗੀ ਜਿਹੜੇ ਇਸ ਚ ਦੋਸ਼ੀ ਹੈਗੇ ਜਿਨ੍ਹਾਂ ਨੇ ਹਮਲਾ ਕੀਤਾ ਹੈਗਾ ਉਹ ਸਾਡੀ ਟੀਮ ਨੇ ਆਈਡੈਂਟੀਫਾਈ ਕਰ ਲਿੱਤੇ ਹੈਗੇ ਤੇ ਉਹਨਾਂ ਦੀ ਅ ਅਰੈਸਟ ਵਾਸਤੇ ਡਿਫਰੈਂਟ ਡਿਫਰੈਂਟ ਅਸੀਂ ਚਾਰ ਟੀਮਾਂ ਸੀਆਈਏ ਦੀ ਤੇ ਪੁਲਿਸ ਸਟੇਸ਼ਨ ਦੀ ਤੇ ਹੋਰ ਅਸੀਂ ਲਾਈ ਹੈਗੀ ਤੇ ਐਸਪੀਡੀ ਉਸ ਨੂੰ ਕੇਸ ਨੂੰ ਖੁਦ ਸੁਪਰਵਾਈਜ਼ ਕਰ ਰਿਹਾ ਹੈਗੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 37 ਪੰਜਾਬੀ ਉਮੀਦਵਾਰਾਂ ਵਿੱਚੋਂ 14 ਪੰਜਾਬੀ ਉਮੀਦਵਾਰ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਹਨ ਐਨਡੀਪੀ ਦੇ 9 ਤੇ ਕੰਜ਼ਰਵੇਟਿਵ ਪਾਰਟੀ ਦੇ 5 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ ਗਦਿਆਣਾ ਦੇ ਪਿੰਡ ਗਹੌਰ ਦੇ ਜੰਪਲ ਤੇ ਐਨਡੀਪੀ ਉਮੀਦਵਾਰ ਰਾਜ ਚੋਹਾਨ ਨੇ ਦਿੱਲੀ ਦੇ ਜੰਪਲ ਤੇ ਕੰਜ਼ਰਵੇਟਿਵ ਉਮੀਦਵਾਰ ਦੀਪਕ ਸੂਰੀ ਨੂੰ ਹਰਾਇਆ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਦੇ ਜੰਪਾਲ ਤੇ ਸਰੀ ਫਲੀਟਵੁੱਡ ਹਲਕੇ ਤੋਂ ਐਨਡੀਪੀ ਉਮੀਦਵਾਰ ਜਗਰੂਪ ਸਿੰਘ ਬਰਾੜ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਕਾਲੇਕੇ ਦੇ ਕੰਜ਼ਰਵੇਟਿਵ ਉਮੀਦਵਾਰ ਅਵਤਾਰ ਸਿੰਘ ਗੱਲ ਨੂੰ ਹਰਾਇਆ ਰਾਜ ਚੋਹਾਂਤ ਤੇ ਜਗਰੂਪ ਸਿੰਘ ਬਰਾੜ 6ਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਚੁਣੇ ਗਏ ਹਨ ਜ਼ਿਲ੍ਹਾ ਜਲੰਧਰ ਦੇ ਪਿੰਡ ਸੁੰਨੜ ਕਲਾਂ ਦੇ ਜੂਨੀਅਰ ਆਗੂ ਹਰਮੇਲ ਸਿੰਘ ਸੁੰਨੜ ਦੀ ਹੋਣਹਾਰ ਧੀ ਤੇ ਸਰੀ ਨਿਊਟਨ ਤੋਂ ਐਂਡੀਪੀ ਉਮੀਦਵਾਰ ਮਨੁੱਖੀ ਅਧਿਕਾਰਾਂ ਦੀ ਉੱਗੀ ਵਕੀਲ ਜਸਪ੍ਰੀਤ ਕੌਰ ਜੈਸੀ ਸੁੰਨੜ ਦੇ ਬਟਾਲਾ ਨੇੜਲੇ ਪਿੰਡ ਸ਼ੇਖੂਪੁਰ ਦੇ ਕੰਜ਼ਰਵੇਟਿਵ ਉਮੀਦਵਾਰ ਤੇਜਜੋਤ ਬੱਲ ਨੂੰ ਹਰਾਇਆ ਜਦ ਕੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਪਾਲ ਤੇ ਸਰੀ ਉਤਰੀ ਤੋਂ ਕੰਜਰਬੇਟ ਉਮੀਦਵਾਰ ਮਨਦੀਪ ਧਾਲੀਵਾਲ ਨੇ ਸਿੱਖਿਆ ਮੰਤਰੀ ਤੇ ਜਗਰਾਉ ਨੇੜਲੇ ਪਿੰਡ ਪੰਮੀਪੁਰਾ ਦੀ ਐਨਡੀਪੀ ਉਮੀਦਵਾਰ ਰਚਨਾ ਸਿੰਘ ਨੂੰ ਹਰਾਇਆ ਹੈ ਪਾਕਿਸਤਾਨੀ ਪੰਜਾਬਣ ਅਮਨਾ ਸ਼ਾਹ ਐਨਡੀਪੀ ਦੀ ਟਿਕਟ ਤੇ ਜੇਤੂ ਰਹੀ ਸੂਬੇ ਦੀ ਵਿਧਾਨ ਸਭਾ ਵਿੱਚ 10 ਪੰਜਾਬੀ ਵਿਧਾਇਕ ਹਨ ਹਾਲਾਂਕਿ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੂਬੇ ਦੀ 93 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਪਈਆਂ ਗਈਆਂ। ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਗੰਦਰਵਲ ਚ ਸ਼੍ਰੀਨਗਰਲੇ ਰਾਸ਼ਟਰੀ ਰਾਜਮਾਰਗ ਤੇ ਸੋਨਮਾਰਗ ਹੈਲਥ ਰਿਜ਼ੋਰਟ ਨੇੜੇ ਹੋਏ ਅਤਵਾਦੀ ਹਮਲੇ ਵਿੱਚ ਇੱਕ ਬੁਨਿਆਦੀ ਢਾਂਚਾ ਕੰਪਨੀ ਦੇ ਡਾਕਟਰ ਸਮੇਤ 7 ਕਰਮਚਾਰੀ ਮਜਬੂਰ ਮਾਰੇ ਗਏ। ਹਮਲੇ ਵਿੱਚ 5 ਹੋਰ ਜ਼ਖਮੀ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਅਤਵਾਦੀਆਂ ਨੇ ਸ਼੍ਰੀਨਗਰ ਸੋਨਮਾਰਗ ਰੋਡ ਤੇ ਗगनगिर ਦੇ ਕੋਲ ਚੈਡਮੋਰ ਸਰੰਗ ਬਣਾਉਣ ਵਾਲੀ ਉਹ ਸਾਰੀ ਕੰਪਨੀ ਵੱਲੋਂ ਬਣਾਏ ਗਏ ਕੈਂਪ ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਇਹ ਲੋਕ ਰਾਤ ਦਾ ਖਾਣਾ ਖਾ ਰਿਹਾ ਸਨ ਉਹਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 2 ਅਤਵਾਦੀਆਂ ਨੇ ਕਰਮਚਾਰੀਆਂ ਮਜ਼ਦੂਰਾਂ ਦੇ ਸਮੂਹ ਤੇ ਅੰਨੇਵਾ ਗੋਲੀਬਾਰੀ ਕੀਤੀ ਹੈ ਇਸ ਵਿੱਚ ਸਥਾਨਕ ਅਤੇ ਗੈਰ ਸਥਾਨਕ ਦੋਵੇਂ ਤਰ੍ਹਾਂ ਦੇ ਮਜ਼ਦੂਰ ਸ਼ਾਮਲ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਅਤੇ ਇੱਕ ਡਾਕਟਰ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜ ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਦੋ ਅਤਵਾਦੀ ਆਏ ਜਿਨ੍ਹਾਂ ਨੇ ਕੈਂਪ ਦੀ ਬਿਜਲੀ ਕੱਟ ਕੇ ਅਣੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਰਨ ਵਾਲੇ ਜੰਮੂ ਕਸ਼ਮੀਰ, ਵਿਹਾਰ ਅਤੇ ਮੱਧ ਪ੍ਰਦੇਸ਼ ਨਾਲ ਸੰਬੰਧਤ ਹਨ ਜਿਨ੍ਹਾਂ ਵਿੱਚ ਇੱਕ ਸੁਰੱਖਿਆ ਮੈਨੇਜਰ ਅਤੇ ਇੱਕ ਮਕੈਨੀਕਲ ਮੈਨੇਜਰ ਵੀ ਸ਼ਾਮਲ ਹੈ। ਜਾਤ ਕੀ ਡਾਕਟਰ ਕਸ਼ਮੀਰ ਦੇ ਬੜਗਾਮ ਦਾ ਰਹਿਣ ਵਾਲਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਤੇ ਭਾਈ ਪਤੀਜਾਵਾਦ ਦੇ ਤੁਸ਼ਟੀ ਕਰਨ ਦੀ ਨੀਤੀ ਅਪਣਾਉਣ ਦਾ ਦੋਸ਼ ਲਾਇਆ ਕਿ ਉਹਨਾਂ ਵਾਰਾਂणसी ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਆਪਣੇ ਸੰਸਦੀ ਖੇਤਰ ਵਿੱਚ 6700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ 10 ਸਾਲ ਪਹਿਲਾਂ ਤੱਕ ਆਰਬਾਂ ਦੇ ਕੋਟਾਲੇ ਸੁਰੱਖਿਆ ਵਿੱਚ ਹੁੰਦੇ ਸਨ ਪਰ ਹੁਣ ਅਜਿਹਾ ਨਹੀਂ ਹੈ ਉਨਾਰਾ ਕਹਿਣਾ ਹੈ ਕਿ ਉਹ ਕਿਹੜੀ ਮਾਨਸਿਕਤਾ ਸੀ ਜਿਸ ਕਾਰਨ ਕਾਸ਼ੀ ਨੂੰ ਵਿਕਾਸ ਤੋਂ ਵਾਂਝਾ ਰੱਖਿਆ ਗਿਆ। ਉਨਾਰਾ ਕਹਿਣਾ ਹੈ ਕਿ 10 ਸਾਲ ਸਮੇਂ ਦੇ ਪਹਿਲੇ ਨੂੰ ਯਾਦ ਕਰੋ ਜਦੋਂ ਵਾਰਾਨਸੀ ਨੂੰ ਵਿਕਾਸ ਲਈ ਤਰਸਣਾ ਪਿਆ। ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਦਹਾਕਿਆਂ ਤੱਕ ਸਰਕਾਰ ਬਣਾਉਣ ਵਾਲਿਆਂ ਨੇ ਵਾਰਾਨਸੀ ਦੀ ਕੋਈ ਪ੍ਰਵਾਹ ਕਿਉਂ ਨਹੀਂ ਕੀਤੀ? ਜਵਾਬ ਹੈ ਭਤੀਜਾਵਾਦ ਤੇ ਤੁਸ਼ਟੀ ਕਰਨ ਦੀ ਰਾਜਨੀਤੀ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਸਮਾਜਵਾਦੀ ਪਾਰਟੀ ਹੋਵੇ ਜਾਂ ਕਾਂਗਰਸ ਵਾਰਣਸੀ ਦਾ ਵਿਕਾਸ ਨਾ ਤਾਂ ਉਹਨਾਂ ਦੀ ਤਰਜੀਹ ਸੀ ਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਉਹਨਾਂ ਨੇ ਇੱਥੇ 6700 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਤੇ ਉਦਘਾਟਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਸ਼ੀ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ 99 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਇਹਨਾਂ ਵਿੱਚੋਂ 6 ਸੀਟਾਂ ਐਸਟੀ ਅਤੇ 4 ਸੀਟਾਂ ਐਸਸੀ ਲਈ ਹਨ ਜਦਕਿ 13 ਸੀਟਾਂ ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਪ ਮੁੱਖ ਮੰਤਰੀ ਦਵਿੰਦਰ ਫੜਨवीस ਦੱਖਣੀ ਪੱਛਮੀ 나ਗਪੁਰ ਤੋਂ ਚੋਣ ਲੜਨਗੇ ਮਹਾਰਾਸ਼ਟਰ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਵਾਵਨ ਕੁਲੇ ਨੂੰ ਕਾਮਤੀ ਸੀਟ ਤੋਂ ਟਿਕਟ ਦਿੱਤੀ ਗਈ ਹੈ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਜਵਾਨ ਦੀ ਧੀ ਸ਼੍ਰੀਜੈ ਚਵਾਨ ਨੂੰ ਭੋਕਰ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਹੈ। ਵਿਧਾਨ ਸਭਾ ਸਪੀਕਰ ਰਾਹੁਲ ਨਰਵੇਕਰ ਨੂੰ ਕੋਲਾਵਾਤੇ ਨਿਤਿਸ਼ ਰਾਣੇ ਨੂੰ ਕਣਕਵਾਲੀ ਤੋਂ ਟਿਕਟ ਮਿਲੀ ਹੈ। ਛੇਫ ਸੈਨਾ ਤੇ ਐਨਸੀਪੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਨਾ ਕਰਨ ਨੂੰ ਲੈ ਕੇ ਨਰਵੇਕਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹੇ ਹਨ। ਨਿਤਿਸ਼ ਰਾਣੇ ਇਸ ਸਮੇਂ ਮੁਸਲਮ ਵਿਰੋਧੀ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਗਿਰੇ ਹੋਏ ਹਨ। ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ ਤੇ 20 ਨਵੰਬਰ ਨੂੰ ਇੱਕ ਪੜਾਅ ਵਿੱਚ VOTING ਹੋਵੇਗੀ। ਚੋਣ ਨਤੀਜੇ 23 ਨਵੰਬਰ ਨੂੰ ਆਉਣਗੇ। Rajasthan ਦੇ Tholpar ਜ਼ਿਲ੍ਹੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਬੱਸ ਤੇ ਟੈਂਪੂ ਦੀ ਟੱਕਰ ਵਿੱਚ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਬਾਰੀ ਥਾਣੇ ਦੇ SHO ਸ਼ਿਵਲ ਹਰੀ ਮੀਨਾ ਦਾ ਕਹਿਣਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਗੋਵਾਲੀਅਰ ਤੋਂ ਜੈਪੁਰ ਜਾ ਰਹੀ ਤੇਜ਼ ਸਲੀਪਰ ਕੋਚ ਬੱਸ ਨੇ ਸੁਮੀਪੁਰ ਨੇੜੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਇੱਕ ਜੋੜੇ ਤੇ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋਈ ਹੈ। ਇਹ ਹਾਦਸਾ ਕਾਫੀ ਭਿਆਨਕ ਸੀ। ਜਰੰਦਰ ਕਮਿਸ਼ਨਰੇਟ ਪੁਲਿਸ ਨੇ ਬੰਬੀਹਾ ਕੌਸ਼ਲ ਗੈਂਗ ਦੇ 5 ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਇਨ੍ਹਾਂ ਗ੍ਰਿਫਤਾਰੀਆਂ ਨਾਲ ਤਿੰਨ ਕਤਲਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਉਹਨਾਂ ਦੱਸਿਆ ਕਿ ਮਲਜ਼ਮਾਂ ਦੇ ਕੋਲ 8 ਪਿਸਤੌਲ 1 ਕਰਵਲਵਰਾ ਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਮਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾਵਾਸੀ ਪਿੰਡ ਬੋਪਾਰਾਏ ਕਲਾ थाना ਸਦਰ ਨਕੋਦਰ, ਹਰਸ਼ਦੀਪ ਸਿੰਘ ਵਾਸੀ ਗੈਰੇਜ ਮਹਿਲਪੁਰ, ਸ਼ੇਖਰ ਵਾਸੀ ਮੁਰਾਦਪੁਰ ਨੇੜੇ ਤਰਨਤਨ, ਗਗਨਦੀਪ ਵਾਸੀ ਨਿਊ ਮਾਡਲ ਹਾਊਸ ਜਲੰਧਰ ਅਤੇ ਅਮਿਤ ਸਹੋਤਾ ਵਾਸੀ ਪਿੰਡ ਬੰਬੀਆਂ ਵਾਲ ਪੀਐਸ ਸਦਰ ਜ਼ਿਲੰਧਰ ਵੱਜੋਂ ਹੋਈ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਹਥਿਆਰਾਂ ਦੀ ਤਸਕਰੀ, ਕਤਲ ਫਰੋਤੀ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ। ਸੁਭਪਨ ਸ਼ਰਮਾ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ। ਇਨ੍ਹਾਂ ਦੇ ਖਿਲਾਫ ਜਲੰਧਰ ਦੇ ਨਿਊ ਬਰਾਦਰੀ ਸੀਪੀ ਅਤੇ ਭਾਰਗੋ ਕੈਂਪ ਥਾਣਿਆਂ ਵਿੱਚ ਐਫਆਈਆਰ ਦਰਜ ਹਨ। ਸੁਭਪਨ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨਿਆਂ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹੁਣ ਤੱਕ ਵੱਖ-ਵੱਖ ਗੈਂਗ ਦੇ 23 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 49 ਪਿਸਤੌਲ, 121 ਰਾਉਂਡ ਅਤੇ 88 ਮੈਗਜ਼ੀਨ ਬਰਾਮਦ ਕੀਤੇ ਹਨ ਪਾਕਿਸਤਾਨ ਦੀ ਖੁਫੀਆ ਏਜੰਸੀ ਤੇ ਅਤਵਾਦੀ ਸਮੂਹ ਜੰਮੂ ਕਸ਼ਮੀਰ ਵਿੱਚ ਡਿਜੀਟਲ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਦੀ ਭਾਰਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਭਾਰੀ ਸੁਰੱਖਿਆ ਵਿਵਸਥਾ ਕਾਰਨ ਸਿੱਧੀ ਗਲਵਤ ਮੁਸ਼ਕਲ ਹੋ ਗਈ ਹੈ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸਮੂਹ ਮੁੱਖ ਤੌਰ ਤੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਐਕਸ ਫੇਸਬੁੱਕ ਇੰਸਟਾਗ੍ਰam ਵਟਸਐਪ ਤੇ ਟੈਲੀਗ੍ਰam ਵਰਗੀਆਂ ਮੈਸੇਜਿੰਗ ਐਪਸ ਦੀ ਵਰਤੋਂ ਕਰ ਰਹੇ ਹਨ ਉਹ ਪਛਾਣ ਤੋਂ ਬਚਣ ਲਈ ਜਾਲੀ ਪ੍ਰੋਫਾਈਲਾਂ ਤੇ ਵਰਚੁਅਲ ਪ੍ਰਾਈਵੇਟ ਨੈਟਵਰਕ VPN ਦੀ ਵਰਤੋਂ ਕਰ ਰਹੇ ਹਨ ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰਣਨੀਤੀ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ISI ਨਾਲ ਜੁੜੇ ਲੋਕਾਂ ਵੱਲੋਂ ਨਫ਼ਰਤ ਨੂੰ ਭੜਕਾਉਣ ਤੇ ਭਾਰਤੀ ਲਈ ਅਨੁਕੂਲ ਵਰਤਾਂਤ ਨੂੰ ਉਸ਼ਾਹਿਤ ਕਰਨ ਲਈ ਵਰਤੀ ਜਾਂਦੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਟਰਨੈਟ ਦੇ ਪ੍ਰਸਾਰ ਤੇ ਸੋਸ਼ਲ ਮੀਡੀਆ ਨੂੰ ਸੰਚਾਰ ਤੇ ਜਾਣਕਾਰੀ ਸਾਂਝੀ ਕਰਨ ਲਈ ਇੱਕ ਆਕਰਸ਼ਕ ਸਾਧਨ ਬਣਾ ਦਿੰਦਾ ਹੈ ਜੋ ਬਦਲੇ ਵਿੱਚ ਅਤਵਾਦੀ ਸੰਗਠਨਾਂ ਨੂੰ ਆਪਣੇ ਨੈਟਵਰਕ ਦਾ ਵਿਸਤਾਰ ਕਰਨ 'ਚ ਸਹਾਇਤਾ ਕਰਦਾ ਹੈ। ਉਹਨਾਂ ਕਹੇ ਕਿ ਅਤਵਾਦੀ ਗਰੁੱਪ ਸੰਚਾਰ ਤੇ ਸੰਚਾਲਨ ਤਾਲਮੇਲ ਲਈ ਐਨਕ੍ਰਿਪਟਡ ਮੈਸੇਜਿੰਗ ਪਲੇਟਫਾਰਮਾਂ ਤੇ ਟੈਲੀਗ੍ਰਾਮ ਤੇ ਮਸਟਰਡੋਨ ਵਰਗੇ ਐਪਸ ਦਾ ਤੇਜ਼ੀ ਨਾਲ ਲਾਭ ਉਠਾ ਰਹੇ ਹਨ ਜੋ ਕਿ ਰਜੌਰੀ ਅਤੇ ਪੁਨਸ਼ਵਰਗੇ ਜ਼ਿਲ੍ਹਿਆਂ 'ਚ ਪਹਿਲਾਂ ਤੋਂ ਹੀ ਵੈਨ ਹਨ। ਬੀਤੇ ਦਿਨ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸਰੇਨ ਨੇ ਆਪਣੀ ਪਾਰਟੀ ਜੀਐਮਐਮ ਤੇ ਕਾਂਗਰਸ ਵਿਚਾਲੇ ਸੀਟ ਵੰਡ ਸਮਝੌਤੇ ਦਾ ਐਲਾਨ ਕੀਤਾ ਸੀ ਇਸੇ ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਜਨਤਾ ਦਲ ਆਰਜीडी ਨੇ ਕਿਹਾ ਕਿ ਉਹਨਾਂ ਨੂੰ ਸੂਬੇ ਵਿੱਚ 12 ਤੋਂ ਘੱਟ ਸੀਟਾਂ ਤੇ ਚੋਣ ਲੜਨਾ ਸਵੀਕਾਰ ਨਹੀਂ ਹੈ ਜੇਕਰ ਉਹਨਾਂ ਨੂੰ ਇਕੱਲੇ ਚੋਣ ਲੜਨੀ ਪਈ ਵੀ ਤਾਂ ਉਹ ਵੀ ਇੰਡੀਆ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਜੇਐਮਐਮ ਤੇ ਕਾਂਗਰਸ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਦੋਵੇਂ ਪਾਰਟੀਆਂ ਸੂਬੇ ਦੀਆਂ ਕਿਆਸੀ ਅਸੈਂਬਲੀ ਸੀਟਾਂ ਵਿੱਚੋਂ 70 ਤੇ ਆਪਣੇ ਉਮੀਦਵਾਰ ਖੜੇ ਕਰਨਗੀਆਂ ਇਸ ਤੇ ਆਰਜੇਡੀ ਤਰਜਮਾਨ ਮਨੋਜ ਕੁਮਾਰ ਝਾ ਦਾ ਕਹਿਣਾ ਹੈ ਕਿ ਸਾਨੂੰ 12-13 ਸੀਟਾਂ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਹੈ ਕਿਉਂਕਿ 18 ਤੋਂ 20 ਸੀਟਾਂ ਉੱਤੇ ਆਰਜੇਡੀ ਦੀ ਚੰਗੀ ਪਕੜ ਹੈ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਦੇ ਆਗੂ ਸਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ 28 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਵਿੱਚ ਬੀਬੀ ਜਗੀਰ ਕੌਰ ਵੱਡੇ ਫਰਕ ਨਾਲ ਜੇਤੂ ਰਹਿਣਗੇ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਇੱਕ ਪਰਿਵਾਰ ਦੇ ਚੁੰਗਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਨ। ਲਹਿਰ ਦੇ ਦੂਜੇ ਆਗੂ ਪ੍ਰੇਮ ਸਿੰਘ ਚੰਦੂ ਮਾਝੜਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਬਹੁਤੇ ਮੈਂਬਰ ਹਨ ਇਸ ਵਾਰ ਬੀਬੀ ਜਗਦੀਰ ਕੋਰ ਦੇ ਹੱਕ ਵਿੱਚ ਭੁਗਤ ਕੇ ਉਹਨਾਂ ਨੂੰ ਜੇਤੂ ਬਣਾਉਣਗੇ ਕਿਉਂਕਿ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਇਸ ਸਮੇਂ ਦੋ ਤਿਰ ਹਨ ਇੱਕ ਤਿਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲ ਰਹੀ ਹੈ ਤੇ ਦੂਜੀ ਤਿਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਗਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਰਸਾ ਸਿੰਘ ਬਲਟੋਹਾ ਇੱਕ ਕਠਪੁਤਲੀ ਵਜੋਂ ਕੰਮ ਕਰ ਰਹੇ ਹਨ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਬਚਾਇਆ ਜਾ ਸਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦਾ ਕੋਈ ਵੀ ਵਿਚਾਰ ਨਹੀਂ ਹੈ। ਨਿਊਜ਼ੀਲੈਂਡ ਨੇ ਪਹਿਲੀ ਵਾਰ ਮੈਲਾ T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਤੇ 158 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 126 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਅਮੇਲੀਆ ਨੇ 43 ਦੌੜਾਂ ਬਣਾਈਆਂ ਅਤੇ 3 ਵਿਕਟਾਂ ਵੀ ਲਈਆਂ। ਉਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ। ਬਰੋਕੋ ਹੈਲਿਡੇ ਨੇ 38 ਤੇ ਸੁਜੀ ਨੇ 32 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਮਲਾਵਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। बॉलीवुड और टीवी सीरियल दी निर्माता एकता कपूर ਅਤੇ ਉਸਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ ਮੁੰਬਈ ਵਿੱਚ ਪੋਕਸੋ ਐਕਟ ਤਹਿਤ ਕੇਸ ਦਰਜ ਹੋਇਆ ਹੈ। ਇਹ ਕੇਸ OTT ਪਲੇਟਫਾਰਮ ਆਲਟ ਬਾਲਾਜੀ ਦੀ ਵੈਬ ਸੀਰੀਜ਼ ਗੰਦੀ ਬਾਤ ਦੇ ਸੀਜ਼ਨ 6 ਨਾਲ ਜੁੜਿਆ ਹੋਇਆ ਹੈ। ਇਕਤਾ ਉਸਦੀ ਮਾਂ ਤੇ ਦੋਸ਼ ਹੈ ਕਿ ਉਹਨਾਂ ਨੇ ਇਸ ਵੈਬ ਸੀਰੀਜ਼ ਵਿੱਚ ਲੜਕੀਆਂ ਦੇ ਇਤਰਾਜਯੋਗ ਸੀਨ ਫਿਲਮਾਏ ਹਨ। ਹਾਲਾਂਕਿ ਇਹ ਵਿਵਾਦਤ ਐਪੀਸੋਡ ਇਸ ਐਪ ਤੇ ਫਿਲਹਾਲ ਸਟ੍ਰੀਮ ਨਹੀਂ ਹੋ ਰਿਹਾ। ਮੁੰਬਈ ਦੇ ਬੋਰੀਵਾਲੀ ਸਥਿਤ ਐਮ ਐਚ ਵੀ ਪੁਲਿਸ ਥਾਣੇ ਵਿੱਚ ਇੱਕ ਸਥਾਨਕ ਨਾਗਰਿਕ ਨੇ ਆਲਟ ਬਾਰਾਜੀਰੀ ਸਾਬਕਾ ਨਰਮਤਾ ਇਕਤਾ ਤੇ ਉਸ ਦੀ ਮਾ ਸ਼ੋਭਾ ਕਪੂਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਸੀਰੀਜ਼ ਦੇ ਇੱਕ ਐਪੀਸੋਡ ਵਿੱਚ ਪੋਕਸੋ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਸੀਨ ਦਿਖਾਏ ਗਏ ਹਨ। ਇਹਦੇ ਨਾਲ ਹੀ ਵੈਬ ਸੀਰੀਜ਼ ਵਿੱਚ ਸਿਗਰਟ ਅਤੇ ਇਸ਼ਤਿਆਰ ਦੀ ਵਰਤੋਂ ਕਰਦੇ ਹੋਏ ਮਹਾਪੁਰਸ਼ਾਂ ਤੇ ਸੰਤਾਂ ਦਾ ਅਪਮਾਨ ਕੀਤਾ ਗਿਆ। ਇਸ ਦੀ وجہ ਨਾਲ ਸ਼ਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਿਸ ਕਰਕੇ ਇਸ ਐਪੀਸੋਡ ਨੂੰ ਫਿਲਹਾਲ ਸਟ੍ਰੀਮ ਨਹੀਂ ਕੀਤਾ ਜਾ ਰਿਹਾ। ਤਿਉਹਾਰਾਂ ਦੇ ਮੰਦੇ ਨਜ਼ਰ ਦਿੱਲੀ ਵਿੱਚ ਹਾਈ ਅਲਰਟ ਉਦਰਾਣ ਐਤਵਾਰ ਸਵੇਰੇ ਰੋਣੀ ਸੈਕਟਰ 14 ਦੇ ਪ੍ਰਸ਼ਾਂਤ ਵਿਹਾਰ ਵਿੱਚ ਸੀਆਰਪੀਐਫ ਸਕੂਲ ਦੀ ਕੰਧ ਨੇੜੇ ਜ਼ੋਰਦਾਰ ਤਮਾਕੇ ਨੇ دہشت ਫੈਲਾ ਦਿੱਤੀ। ਤਮਾਕਾ ਇੰਨਾ ਖਤਰਨਾਕ ਸੀ ਕਿ 3-4 ਕਿਲੋਮੀਟਰ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਹੈ। ਕਰੀਬ 20 ਮਿੰਟ ਤੱਕ ਹਵਾ ਵਿੱਚ ਗੁਬਾਰ ਫੈਲਿਆ ਰਿਹਾ। ਗਣੀ ਮਤ ਰਹੀ ਕਿ ਐਤਵਾਰ ਨੂੰ ਛੁੱਟੀ ਦਾ ਦਿਨ ਸੀ ਤੇ ਸਵੇਰੇ 7 ਵਜੇ ਤਮਾਕਾ ਹੋਇਆ ਤੇ ਆਲੇ-ਦੁਆਲੇ ਲੋਕ ਮੌਜੂਦ ਨਹੀਂ ਸਨ। ਕਟਨਾ ਸਟਾਪ ਤੋਂ ਕਰੀਬ 50 ਮੀਟਰ ਦੀ ਦੂਰੀ ਤੇ ਇੱਕ ਦੁਕਾਨ ਤੇ ਕਈ ਲੋਕ ਖੜੇ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ। ਤੇਜ਼ ਤਮਾਕੇ ਕਾਰਨ ਆਲੇ-ਦੁਆਲੇ ਦੀਆਂ ਕਈ ਦੁਕਾਨਾਂ ਦਫ਼ਤਰਾਂ ਤੇ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਸਕੂਲ ਦੀ ਕੰਧ ਨੁਕਸਾਨੀ ਗਈ ਅਤੇ ਮਾਹੌਲ ਦੇ ਵਿੱਚ ਕਾਫੀ ਦੇਰ ਤੱਕ ਤਮਾਕੇ ਦੀ ਬਦਬੂ ਰਹੀ ਹੈ ਏਜੰਸੀਆਂ ਦਾ ਕਹਿਣਾ ਹੈ ਕਿ ਤਿਹਾਵਰਾ ਮੌਕੇ دہشت ਫੈਲਾਉਣ ਲਈ ਕਿਸੇ ਨੇ ਇਹ ਹਰਕਤ ਕੀਤੀ ਹੈ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਸਪੈਸ਼ਲ ਸੈਲ ਫਾਇਰ ਬਰਗੇਡ ਡੌਗ ਸਕਵਾਡ ਬੰਬ ਸਕਵਾਡ ਕੈਟ ਐਂਬੂਲੈਂਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤਮਾਕੇ ਵਿੱਚ ਸਮੱਗਰੀ ਦੇ ਇਸਤੇਮਾਲ ਦਾ ਪਤਾ ਲਾਉਣ ਲਈ ਕੇਂਦਰੀ ਏਜੰਸੀਆਂ NDRF, NSG ਅਤੇ NIA ਤੋਂ ਇਲਾਵਾ FSL ਅਤੇ CFSL ਦੀਆਂ ਟੀਮਾਂ ਭਲਾਈਆਂ ਗਈਆਂ। ਕੇਂਦਰੀ ਏਜੰਸੀਆਂ ਦੇ ਮਹਾਰਾ ਨੇ ਮੌਕੇ ਤੋਂ ਚੁੱਕੇ ਗਏ ਕੈਮੀਕਲ ਤੇ ਹੋਰ ਨਮੂਨੇ ਨੇੜੇ ਹੀ ਖਾਲੀ ਥਾਂ ਤੇ ਲਿਜਾ ਕੇ ਜਾਂਚ ਕੀਤੀ ਹੈ। ਸ਼ੁਰੂਆਤੀ ਜਾਂਚ ਵਿੱਚ ਤਮਾਕੇ ਵਿੱਚ ਨਾਈਟ੍ਰੇਟ ਅਤੇ ਕਲੋਰਾਇਡ ਦੇ ਇਸਤੇਮਾਲ ਦਾ ਪਤਾ ਲੱਗਾ ਹੈ। ਜਿਸ ਨੂੰ ਉੱਚ ਸ਼੍ਰੇਣੀ ਦੀ ਤਮਾਕਾ ਖੇਸ ਸਮੱਗਰੀ ਮੰਨਿਆ ਜਾਂਦਾ ਹੈ। ਇਸ ਨੂੰ ਲੈ ਕੇ ਪੂਰੀ ਦਿੱਲੀ ਦਹਿਸ਼ਤ ਵਿੱਚ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚੌਲ ਮਿਲਰਜ਼ ਨੂੰ ਤੁਰੰਤ ਮੁਆਵਜ਼ਾ ਦੇਣ ਚੌਲ ਖਰੀਦ ਸੰਕਰ ਦੇ ਸਰਕਾਰ ਦੇ ਮਾੜੇ ਪ੍ਰਬੰਧਨ ਕਾਰਨ 6000 ਕਰੋੜ ਦੇ ਨੁਕਸਾਨ ਦਾ ਖਰਚਾ ਪ੍ਰਗਟਾ ਰਹੇ ਹਨ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਚੌਲ ਮਿਲੰਗ ਲਈ ਮਾਨਤੇ tatha kath ਪਲਾਨ B ਦੀ ਨਿੰਦਾ ਕਰਦੇ ਹੋਏ ਇਸ ਨੂੰ ਪਲਾਨ ਬਲਫ ਦੱਸਿਆ ਹੈ ਵਿਰੋਧੀ ਧਿਰ ਦੇ ਨੇਤਾ ਨੇ ਮੁੱਖ ਮੰਤਰੀ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਅਤੇ ਮਿਲਰਜ਼ ਵਿਚਾਲੇ ਦਰਾੜ ਪੈਦਾ ਕਰਨ ਦਾ ਵੀ ਦੋਸ਼ ਲਾਇਆ ਹੈ। ਹਾਲ ਹੀ ਵਿੱਚ ਇੱਕ ਬੈਠਕ ਵਿੱਚ ਚੌਲ ਮਿਲਰਜ਼ ਨੇ ਬਾਜਬਾ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਚੋਣੇ ਨੂੰ ਮਿਲਣ ਲਈ ਪੱਛਮੀ ਬੰਗਾਲ ਅਤੇ ਕੇਰਲ ਵਾਲੇ ਦੂਰ ਦਰਾਡੇ ਰਾਜਾਂ ਵਿੱਚ ਲਿਜਾਣ ਦਾ ਪ੍ਰਸਤਾਵ ਰੱਖਿਆ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਇਸ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਰਾਸਤ ਅਤੇ ਵਿੱਤੀ ਦੋਵੇਂ ਨਜ਼ਰੀਆ ਤੋਂ ਬੇਤੁਕਾ ਦੱਸਿਆ ਹੈ। ਜੁਕਰੇਨ ਨੇ ਰੂਸ ਤੋਂ 100 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ ਹੈ। ਇਹ ਡਰੋਨ ਮਾਸਕੋ ਪਹੁੰਚ ਗਏ। ਇੱਕ ਵਿਸਫੋਟਕ ਦਾ ਨਿਰਮਾਣ ਕਰਨ ਵਾਲੇ ਪਲਾਂਟ ਤੇ ਵੀ ਹਮਲਾ ਕੀਤਾ ਗਿਆ। ਨਿਵਾਸੀਆਂ ਨੇ ਸ਼ਕਤੀਸ਼ਾਲੀ ਧੂਮਾਕੇ ਅਤੇ ਚਿੱਟਾ ਧੂਆਂ ਉੱਠਣ ਦੀ ਸੂਚਨਾ ਦਿੱਤੀ ਹੈ। ਰੂਸੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਹਵਾਈ ਰੱਖਿਆ ਯੂਨਿਟਾਂ ਨੇ ਰੂਸ ਤੇ 110 ਜੁਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ। ਇਹ ਪਲਾਂਟ ਮਾਸਕੋ ਤੋਂ ਲਗਭਗ 400 ਕਿਲੋਮੀਟਰ ਪੂਰਬ ਵੱਲ ਨਿਜਨੀ ਨੋਵਗਰੋਡ ਰੋਡ ਤੇ ਸਥਿਤ ਹੈ ਇਹ ਯੂਕਰੇਨ ਯੁੱਧ ਵਿੱਚ ਰੂਸੀ ਸੈਨਾਵਾਂ ਵੱਲੋਂ ਵਰਤੇ ਗਏ ਵਿਸਫੋਟਕਾਂ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ ਇਸ ਪਲਾਂਟ ਤੇ ਅਮਰੀਕਾ ਅਤੇ ਯੂਰਪੀ ਸੰਘ ਨੇ ਪਾਬੰਦੀ ਲਗਾਈ ਹੋਈ ਹੈ ਰੂਸੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਨਿਜਨੀ ਤੇ 8 ਯੂਕਰੇਨੀ ਡਰੋਨ ਤਬਾਹ ਕਰ ਦਿੱਤੇ ਗਏ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਸ ਵਗਾਸ ਵਿੱਚ ਇੱਕ ਸਮਾਗਮ ਦੌਰਾਨ ਡੈਮੋਕ੍ਰੇਟਿਕ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਹੈਰਿਸ ਪੂਰੀ ਤਰ੍ਹਾਂ ਤਿਆਰ ਹਨ। ਓਬਾਮਾ ਦਾ ਕਹਿਣਾ ਹੈ ਕਿ ਅਮਰੀਕੀਆਂ ਕੋਲ ਹੈਰਿਸ ਨੂੰ ਚੁਣ ਕੇ ਦੇਸ਼ ਦਾ ਭਵਿੱਖ ਬਚਾਉਣ ਦਾ ਮੌਕਾ ਹੈ। ਲੋਕਾਂ ਦਾ ਇਹ ਕਦਮ ਇੱਕ ਬਿਹਤਰ, ਮਜ਼ਬੂਤ, ਨਰਪੱਖ ਤੇ ਵਧੇਰੇ ਸਮਾਨ ਅਮਰੀਕਾ ਦੇ ਨਿਰਮਾਣ ਵਿੱਚ ਮਦਦ ਕਰੇਗਾ। ਉਹਨਾਂ ਕਹੇ ਕਿ ਅਮਰੀਕਾ ਪੰਨਾ ਪਲਟਣ ਲਈ ਤਿਆਰ ਹੈ ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਚੰਗੀ ਖਬਰ ਇਹ ਹੈ ਕਿ ਹੈਰਿਸ ਕਮਲੇ ਤਿਆਰ ਹੈ ਉਹ ਅਜਿਹੇ ਨੇਤਾ ਹਨ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਲੋਕਾਂ ਵੱਲੋਂ ਲੜਦਿਆਂ ਪਿਤਾਈ ਹੈ ਜਿਨ੍ਹਾਂ ਨੂੰ ਚੈਂਪੀਅਨ ਦੀ ਜ਼ਰੂਰਤ ਹੈ ਕੋਈ ਵਿਅਕਤੀ ਜੋ ਉਹਨਾਂ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਜਿਨ੍ਹਾਂ ਨੇ ਇਸ ਦੇਸ਼ ਨੂੰ ਬਣਾਇਆ ਹੈ ਇਸ ਦੌਰਾਨ ਉਹਨਾਂ ਨੇ ਟਰੰਪ ਤੇ ਨਿਸ਼ਾਨਾ ਸਾਧਿਆ ਹੈ ਉਨਾਰਾ ਕਹਿਣਾ ਹੈ ਕਿ ਟਰੰਪ ਦੀ ਰਣਨੀਤੀ ਅਮਰੀਕੀਆਂ ਨੂੰ ਇਹ ਯਕੀਨ ਦਿਵਾਉਣਦੀ ਹੈ ਕਿ ਦੇਸ਼ ਟੁੰਗੀ ਤਰ੍ਹਾਂ ਵੰਡਿਆ ਹੋਇਆ ਹੈ ਸਾਨੂੰ ਉਹਨਾਂ ਅਤੇ ਅਸਲ ਅਮਰੀਕੀਆਂ ਦੇ ਵਿਰੁੱਧ ਖੜੇ ਹੋਣ ਦੀ ਲੋੜ ਹੈ ਇਸ ਮੌਕੇ ਤੇ ਐਲਨ ਮਸਕ ਨੇ ਪੈਂਸਿਲਵੇਨੀਆਚ ਕਿਹਾ ਹੈ ਕਿ VOTING ਸਿਰਫ ਬੈਲਟ ਪੇਪਰ ਤੇ ਹੁੰਦੀ ਹੈ VOTING ਮਸ਼ੀਨਾਂ ਕਪੜੇ ਕਰਦੀਆਂ ਹਨ ਗਲੋਬਲ ਸਟਾਰ ਦਲਜੀਤ ਦਸਾਂ ਦੇ ਨਾਂ ਤੇ ਇੱਕ ਨਵੀਂ ਉਪਲਬਧੀ ਜੁੜ ਗਈ ਹੈ ਗਾयक ਬਿਲਬੋਰਡ ਕੈਨੇਡਾ ਦੇ ਕਵਰ ਤੇ ਦਿਖਾਈ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਹਨ ਇਸ ਮੌਕੇ ਤੇ ਦਿਲਜੀਤ ਦਸਾਂਝ ਨੂੰ ਸਾਰੇ ਪਾਸਿਆਂ ਤੋਂ ਵਧਾਈਆਂ ਮਿਲ ਰੀਆਂ ਹਨ ਬਿਲਬੋਰਡ ਕੈਨੇਡਾ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤਾ ਹੈ ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਦਿਲਜੀਤ ਕੈਨੇਡਾ ਬਿਲਬੋਰਡ ਦੇ ਸਪੈਸ਼ਲ ਐਡੀਸ਼ਨ ਦੇ ਕਵਰ 'ਤੇ ਛਪਣ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਕੇ ਦੁਨੀਆ ਵਿੱਚ ਇਤਿਹਾਸ ਰਚ ਰਿਹਾ ਹੈ ਇਸ ਨੂੰ ਲੈ ਕੇ ਹਰ ਪਾਸੇ ਤੋਂ ਦਿਲਜੀਤ ਦਸਾਂਝ ਨੂੰ ਵਧਾਈਆਂ ਮਿਲ ਰੀਆਂ ਹਨ ਉਨਾਰਾ ਕਹਿਣਾ ਹੈ ਕਿ ਭਾਰਤੀ ਹੋਣ ਦੇ ਨਾਲ ਨਾਲ ਪੰਜਾਬੀ ਹੋਣ ਤੇ ਮਾਣ ਹੈ। ਇਮਤੀਆਜ਼ ਅਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਨਵਾਇਆ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਦਲਜੀਤ ਦਸਾਂਦ ਬਾਰਡਰ 2 ਦੇ ਵਿੱਚ ਵੀ ਸ਼ਾਮਲ ਹੈ। ਉਹ ਬਾਲੀਵੁੱਡ ਦੇ ਐਕਸ਼ਨ 스타 ਸੰਨੀ ਦਿਓਰ ਅਤੇ ਵਰਨ ਤਵੰਦੇ ਨਾਲ ਇਸ ਫਿਲਮ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਦਲਜੀਤ ਦਸਾਂਦ ਨੇ ਨੋ ਐਂਟਰੀ 2 ਵਿੱਚ ਵੀ ਐਂਟਰੀ ਕੀਤੀ ਹੈ। ਪੰਜਾਬ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਦੀਕ ਡਿਪਟੀ ਕਮਿਸ਼ਨਰ ਐਸਐਸਪੀ ਦੇ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੂਰੇ ਜ਼ਿਲ੍ਹੇ ਦੀ ਕਮਾਨ ਔਰਤਾਂ ਨੂੰ ਸੌਂਪ ਦਿੱਤੀ। ਜਿਸ ਨਾਲ ਜ਼ਿਲ੍ਹੇ ਭਰ ਵਿੱਚ ਔਰਤਾਂ ਨੂੰ ਅਹਿਮ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਪਿੰਡ ਰੋਡੇਵਾਲਾ ਦੇ ਸਮੂਹ ਨਿਵਾਸੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਦੇ ਨਾਲ 6 ਔਰਤਾਂ ਨੂੰ ਸਰਪੰਚ ਅਤੇ ਪੰਚ ਚੁਣਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਆਸ ਹੈ ਕਿ ਔਰਤਾਂ ਪਿੰਡ ਦਾ ਵਿਕਾਸ ਅਤੇ ਆਪਣੇ ਘਰ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਣਗੀਆਂ ਸਰਪੰਚ ਦੇ ਪਤੀ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਆਪਣੇ ਪਿੰਡ ਦਾ ਵਿਕਾਸ ਮਰਦਾ ਵਾਂਗ ਕਰੇਗੀ ਤੇ ਪਿੰਡ ਨੂੰ ਅੱਗੇ ਲੈ ਕੇ ਜਾਵੇਗੀ ਪਿੰਡ ਰੋਡੇਵਾਲਾ ਦੀ ਨਵ ਨਿਯੁਕਤ ਸਹਿਲਾ ਸਰਪੰਚ ਮਨਜੀਤ ਕੋਰ ਦਾ ਕਹਿਣਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਤੇ ਰੱਖੇ ਗਏ ਭਰੋਸੇ ਨੂੰ ਪੂਰਾ ਕਰਾਂਗੇ ਤੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਵਾਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਹਰ ਕਿਸੇ ਦਾ ਕੰਮ ਖੁਸ਼ੀ ਨਾਲ ਕੀਤਾ ਜਾਵੇਗਾ ਤੇ ਪਿੰਡ ਨੂੰ ਇੱਕ ਵਧੀਆ ਮਾਡਲ ਪਿੰਡ ਬਣਾਇਆ ਜਾਵੇਗਾ। ਗਦਰੀ ਬਾਬਿਆਂ ਦਾ ਮੇਲਾ 7 8 9 ਨਵੰਬਰ 2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਰਥੀ ਪਾਲ ਸਿੰਘ ਮਾੜੀ ਮੇਘਾ ਦਾ ਕਹਿਣਾ ਹੈ ਕਿ 7 ਨਵੰਬਰ ਸ਼ਾਮ ਨੂੰ ਪੋਸਤਕ ਸਟਾਲਾਂ ਪ੍ਰਤੀ ਵਿਚਾਰ ਚਰਚਾ ਹੋਵੇਗੀ ਤੇ 8 ਨਵੰਬਰ ਨੂੰ ਦਿਨ ਦੇ ਸਮੇਂ ਕੋਈ ਭਾਸ਼ਣ ਪੇਂਟਿੰਗ ਅਤੇ ਗਾਇਨ ਮੁਕਾਬਲੇ ਹੋਣਗੇ ਸ਼ਾਮ ਨੂੰ ਫਿਲਮ ਵੀ ਦਿਖਾਈ ਜਾਵੇਗੀ ਅਤੇ ਮੁੱਖ ਮਹਿਮਾਨ ਵਿਚਾਰ ਰੱਖਣਗੇ ਵੱਡੇ ਮੇਲੇ ਵਾਲੇ ਦਿਨ 9 ਨਵੰਬਰ ਨੂੰ ਸਵੇਰੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਹਰਦੇਵ ਸਿੰਘ ਅਰਸ਼ੀ ਸਾਬਕਾ ਐਮਐਲਏ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਜਿਸ ਤੋਂ ਬਾਅਦ ਜਨਰਲ ਸਕੱਤਰ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਹਿਣਗੇ ਹਰਦੇਵ ਸਿੰਘ ਅਰਸ਼ੀ ਦੇ ਭਾਸ਼ਣ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਧੰਨਵਾਦ ਵੀ ਕਰਨਗੇ ਤੇ ਆਪਣੇ ਵਿਚਾਰ ਪੇਸ਼ ਕਰਨਗੇ ਇਸ ਸਟੇਜ ਦੇ ਸੰਚਾਲਕ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਹੋਣਗੇ ਸਾਰਾ ਦਿਨ ਕੀ ਸੰਗੀਤ ਚੱਲੇਗਾ ਅਤੇ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਦੇਸ਼ ਭਗਤ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸ਼ੈਫ ਦਿਵਸ ਮਨਾਇਆ ਗਿਆ। ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਇਸ ਮੌਕੇ ਖੇਤਰੀ ਪਕਵਾਨਾਂ ਤੇ ਆਧਾਰਿਤ ਸ਼ੈਫ ਮੁਕਾਬਲੇ ਕਰਵਾਏ ਗਏ। 5-5 ਵਿਦਿਆਰਥੀਆਂ ਦੀਆਂ 5 ਟੀਮਾਂ ਨੇ ਪੰਜਾਬੀ, ਰਾਜਸਤਾਨੀ, ਬੰਗਾਲੀ, ਕਰਨਾਟਕ ਅਤੇ ਬਿਹਾਰ ਖੇਤਰੀ ਭੋਗਵਾਨ ਆਧਾਰਿਤ ਥੀਮ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਨਾ ਸਿਰਫ ਇਹਨਾਂ ਪਕਵਾਨਾਂ ਦੇ ਸਵਾਦ ਵਾਲੇ ਪਕਵਾਨਾਂ ਨੂੰ ਪੇਸ਼ ਕੀਤਾ ਸਗੋਂ ਇਹਨਾਂ ਖੇਤਰਾਂ ਦੇ ਸੱਭਿਆਚਾਰ ਨੂੰ ਵੀ ਦਰਸਾਇਆ ਹੈ ਇਹ ਸਖਤ ਮੁਕਾਬਲਾ ਸੀ ਇਸ ਮੁਕਾਬਲੇ ਵਿੱਚ ਸ਼ਰਨਪ੍ਰੀਤ ਕੌਰ, ਅਮਨਦੀਪ ਕੌਰ, ਪਵਨਦੀਪ ਕੌਰ, ਅਮਨਪ੍ਰੀਤ ਕੌਰ ਅਤੇ ਜਸਮੀਨ ਕੌਰ ਦੀ ਟੀਮ ਪੰਜਾਬੀ ਪਕਵਾਨਾਂ ਦੀ ਪ੍ਰਤੀਨਿਧਤਾ ਕਰਦੀ ਜੇਤੂ ਰਹੀ ਜੇਤੂਆਂ ਨੂੰ ਡਾਕਟਰ ਸਰਜੀਤ ਸਿੰਘ ਅਤੇ ਡਾਕਟਰ ਪ੍ਰਵੀਨ ਕੁਮਾਰ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ इस समागम की प्रधानगी चांसलर डा जोरा सिंह डा तजेंद्र कौर ने की सैक्रामेंटो कैलीफोर्निया तो हुसन लड़ोआ बंगा की खबर अनुसार ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਸ ਨੇ ਇੱਕ ਮੁਲਾਕਾਤ ਦੌਰਾਨ ਬਾਈਡਨ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜਿੱਠਣ ਦੇ ਮਾਮਲੇ ਵਿੱਚ ਆਪਣੀ ਪਹੁੰਚ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਤੇ ਰਿਪਬਲਿਕਨਾਂ ਉੱਪਰ ਦੋਸ਼ ਲਾਇਆ ਕਿ ਉਹ ਸਰਹੱਦ ਸੁਰੱਖਿਆ ਬਿੱਲ ਪਾਸ ਕਰਨ ਦੇ ਵਿੱਚ ناکਾਮ ਰਹੇ ਹਨ ਇੱਕ ਟੈਲੀਵਿਜ਼ਨ ਤੇ ਮੁਲਾਕਾਤ ਦੌਰਾਨ ਫੌਕਸ ਨਿਊਜ਼ ਮੇਜ਼ਬਾਨ ਬ੍ਰੈਟ ਬੇਰ ਨੇ ਉਨ੍ਹਾਂ ਨੂੰ ਬਾਰ-ਬਾਰ ਟੋਕਿਆ ਆਮ ਤੌਰ ਤੇ ਚੈਨਲ ਅਜਿਹਾ ਨਹੀਂ ਕਰਦੇ ਹਾਲਾਂਕਿ ਹੈਰਿਸ ਤੇ ਬ੍ਰੈਟ ਇੱਕ ਦੂਸਰੇ ਨੂੰ ਲਗਾਤਾਰ ਟੋਕਦੇ ਰਹੇ ਅਤੇ ਇੱਕ ਮੌਕੇ ਤੇ ਹੈਰਿਸ ਕੁਝ ਪ੍ਰੇਸ਼ਾਨ ਵੀ ਨਜ਼ਰ ਆਏ ਪ੍ਰੰਤੂ ਉਹ ਰਿਪਬਲਿਕਨ ਸਰੋਤਿਆਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਸਫਲ ਹੈ ਜਿਸ ਨੂੰ ਅਕਸਰ ਉਹ ਸੁਣਦੇ ਨਹੀਂ ਹਨ ਜਦੋਂ ਹੈਰਸ ਨੂੰ ਪੁੱਛਿਆ ਗਿਆ ਕਿ ਡੋਨਲਡ 트੍ਰੰਪ ਜਦੋਂ ਰਾਸ਼ਟਰਪਤੀ ਸਨ ਤਾਂ ਉਹਨਾਂ ਦੀ ਸਰਹੱਦਾਂ 'ਤੇ ਰੋਕਾਂ ਸੰਬੰਧੀ ਨੀਤੀਆਂ ਵਿੱਚੋਂ ਕੁਝ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਸਤਾ ਸੰਭਾਲਦਿਆਂ ਹੀ ਵਾਪਸ ਲੈਣ ਨੂੰ ਉਹ ਕਿਵੇਂ ਜਾਇਜ਼ ਠਹਿਰਾਉਂਦੇ ਹਨ ਤਾਂ ਉਹਨਾਂ ਕਿਹਾ ਕਿ 트੍ਰੰਪ ਨੇ ਰਿਪਬਲਿਕਨਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਬਿਲ ਨੂੰ ਰੱਦ ਕਰ ਦੇਣ ਜਦਕਿ ਇਸ ਬਿਲ 'ਤੇ ਦੋਨਾਂ ਤਰ੍ਹਾਂ ਦੀ ਸਹਿਮਤੀ ਸੀ ਹੈਰਸ ਨੇ ਕਿਹਾ ਕਿ 트럼ਪ ਨੇ ਇਹ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਸਮੱਸਿਆ ਹੱਲ ਕਰਨ ਦੀ ਬਜਾਏ ਇਸ ਨੂੰ ਜਿਉਂ ਦਾ ਤਿਉਂ ਕਾਇਮ ਰੱਖਣਾ ਚਾਹੁੰਦੇ ਹਨ ਫਰੀਜਨ ਤੋਂ ਕੁਲਵੰਤ ਧਾਲੀਆ ਤੇ ਨੀਟਾ ਮਾਸ਼ੀਕੇ ਦੀ ਖਬਰ ਅਨੁਸਾਰ ਦਮਦਮੀ ਟਕਸਾਲ ਦੀ ਰਹਿਨਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫਰੀਜਨੋਵੋ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਂਦੇ ਹੋਏ 15ਵਾਂ ਸਾਲਾਨਾ ਨਗਰ ਕੀਰਤਨ 27 ਅਕਤੂਬਰ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ ਜੇਹਤੀਆਂ ਤਿਆਰੀਆਂ ਸੰਬੰਧੀ ਗੁਰੂ ਘਰ ਦੇ ਪ੍ਰਬੰਧਕਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਇਸ ਸਮੇ ਗੁਰੂ ਘਰ ਦੇ ਮੁੱਖ ਸੇਵਾਦਾਰਾਂ ਵਿੱਚੋਂ ਭਾਈ ਜੋਵਨ ਪ੍ਰੀਤ ਸਿੰਘ ਨੇ ਗੁਰੂ ਘਰ ਵਿੱਚ ਹੋਣ ਵਾਲੇ ਗੁਰਮਤ ਸਵਾਗਮਾ ਅਤੇ 26 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਤੇ ਭਾਈ ਜਗਰੂਪ ਸਿੰਘ ਭਾਈ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 27 ਅਕਤੂਬਰ ਨੂੰ ਸਵੇਰੇ ਸਮੇਂ ਗੁਰੂ ਕਾਰਬਖੇ ਸ਼੍ਰੀ ਆਖੰਡ ਪੁਰ ਸਾਹਿਬ ਦੇ ਭੋਗ ਅਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਨਗਰ ਕੀਰਤਨ ਗੁਰੂ ਘਰ ਤੋਂ ਠੀਕ 11 ਵਜੇ ਰਵਾਨਾ ਹੋ ਕੇ ਫੌਲਰ ਸ਼ਹਿਰ ਦੇ ਡੌਨੀ ਰਾਈਟ ਪਾਰਕ ਵਿੱਚ ਪੜਾ ਕਰੇਗਾ ਜਿੱਥੇ ਸਟੇਜ ਰਾਹੀਂ ਗੁਰਮਤਿ ਵਿਚਾਰਾਂ ਢਾਡੀ ਕਬੀਸ਼ਰ ਅਤੇ ਹੋਰ ਬਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ ਦੇਸ਼ ਦੀ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ